ਪੰਜਾਬ ਸਰਕਾਰ ਵੱਲੋਂ ਅੱਜ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤਜਿੰਦਰਪਾਲ ਸਿੰਘ ਤੂਰ ਹਨ। ਤੁਸੀਂ ਦੇਖ ਸਕਦੇ ਹੋ ਕਿ ਇਹ ਉਹਨਾਂ ਨੂੰ ਸਨਮਾਨ ਰਾਸ਼ੀ ਦਿੱਤੀ ਗਈ 1 ਕਰੋੜ ਰੁਪਏ ਦੀ, ਕਿਉਂਕਿ ਗੋਲਡ ਪੋਜੀਸ਼ਨ ਇਹਨਾਂ ਦੀ ਆਈ ਸੀ। ਗੱਲਬਾਤ ਕਰਦੇ ਹਾਂ ਸਰ, ਕਿਸ ਤਰੀਕੇ ਨਾਲ ਦੇਖਦੇ ਹੋ ਸਰਕਾਰ ਦੇ ਉਪਰਾਲੇ ਨੂੰ? ਜੀ, ਬਹੁਤ ਵਧੀਆ ਉਪਰਾਲਾ ਸਰਕਾਰ ਦਾ ਜੀ। ਜਿੱਦਾਂ ਸਾਨੂੰ ਅੱਜ ਕੈਸ਼ ਅਵਾਰਡ ਦਿੱਤਾ, ਅਤੇ ਜੋ ਸਾਡੇ ਜੂਨੀਅਰ ਬੱਚੇ ਗੇਮ ਕਰ ਰਹੇ ਨੇ ਉਹਨਾਂ ਉਹ ਵੀ ਮੋਟੀਵੇਟ ਹੋਣਗੇ ਵੀ ਅਸੀਂ ਵੀ ਮੈਡਲ ਜਿੱਤੀਏ ਦੇਸ਼ ਲਈ, ਅਤੇ ਅਸੀਂ ਵੀ ਕੈਸ਼ ਅਵਾਰਡ ਪ੍ਰਾਪਤ ਕਰੀਏ। ਸਰਕਾਰ ਨੇ ਇਸ ਵਾਰ ਇਨਾਮੀ ਰਾਸ਼ੀ ਤੋਂ ਪਹਿਲਾਂ ਖੇਡਣ ਵਾਸਤੇ ਵੀ ਤੁਹਾਨੂੰ ਪੈਸੇ ਰਾਸ਼ੀ ਜਾਰੀ ਕੀਤੀ ਸੀ, ਉਹਦਾ ਕਿੰਨਾ ਕੁ ਫਾਇਦਾ ਤੁਹਾਨੂੰ ਹੋਇਆ? ਜੀ ਬਿਲਕੁਲ, ਉਹਦਾ ਬਹੁਤ ਫਾਇਦਾ ਹੋਇਆ। ਜਿੱਦਾਂ 8 ਲੱਖ ਰੁਪਈਆ ਸਾਨੂੰ ਪਾਰਟੀਸਪੇਟ ਦਾ ਦਿੱਤਾ, ਪਹਿਲੀ ਵਾਰ ਹੋਇਆ ਵੀ ਏਸ਼ੀਅਨ ਗੇਮ ਦਾ ਪਾਰਟੀਸਪੇਟ ਦਾ ਵੀ ਤੁਹਾਨੂੰ ਪੈਸਾ ਮਿਲ ਰਿਹਾ। ਇਹਦੇ ਵਿੱਚ ਇੱਦਾਂ ਵੀ ਜਿਹੜੇ ਬੱਚਿਆਂ ਕੋਲ ਜੋਬ ਨਹੀਂ ਹੈਗੀ ਉਹਨਾਂ ਵਾਸਤੇ 8 ਲੱਖ ਰੁਪਈਆ ਬਹੁਤ ਮਹੱਤਵਪੂਰਨ ਹੈ। ਜਿੱਦਾਂ ਤੁਸੀਂ ਦੇਖ ਲਓ, ਉਹਨਾਂ ਨੇ ਕੋਈ ਸਪਲੀਮੈਂਟ ਲੈਣੇ ਨੇ, ਕੋਈ ਸਪਾਈਕਸ ਲੈਣੇ ਨੇ, ਅਤੇ ਉਹਨਾਂ ਦੀ ਮਤਲਬ ਤਿਆਰੀ ਦੇ ਵਿੱਚ ਕੋਈ ਅੜਚਨ ਨਹੀਂ ਆ ਸਕਦੀ। ਇਹ ਇੱਕ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਸਰ, ਇਹ ਦੇਖਿਆ ਜਾਂਦਾ ਕਿ 1 ਕਰੋੜ ਰੁਪਈਆ ਰਾਸ਼ੀ ਮਿਲ ਗਈ, ਗੋਲਡ ਮੈਡਲ ਜਿੱਤਿਆ, ਲੇਕਿਨ ਉਸਦੇ ਪਿੱਛੇ ਕਿੰਨੀ ਮਿਹਨਤ ਹੁੰਦੀ ਹੈ ਇਹ ਸ਼ਾਇਦ ਕਿਸੇ ਨੂੰ ਦਿਖਾਈ ਨਹੀਂ ਦਿੰਦੀ, ਕਿਉਂਕਿ ਅਸੀਂ ਤੁਹਾਨੂੰ ਜਾਣਦੇ ਹਾਂ ਪਰਿਵਾਰ ਦੇ ਵਿੱਚ ਕਾਫੀ ਸਾਰੀ ਦਿੱਕਤਾਂ ਆਈਆਂ। ਲੋਕਾਂ ਨੂੰ ਦੱਸਣਾ ਚਾਹੋਗੇ ਕਿਸ ਤਰੀਕੇ ਨਾਲ ਤੁਸੀਂ ਪ੍ਰੈਕਟਿਸ ਕੀਤੀ, ਹਾਲਾਤ ਕਿੱਦਾਂ ਦੇ ਉਦੋਂ ਰਹੇ ਸੀ? ਜੀ ਬਿਲਕੁਲ, ਹੁਣ ਕਈਆਂ ਵਾਸਤੇ ਤਾਂ ਮਤਲਬ ਬੜੇ ਲੱਕੀ ਆ, ਉਹਨਾਂ ਨੂੰ 1 ਕਰੋੜ ਰੁਪਈਆ ਦਿਖਦਾ, ਪਰ ਉਹਦੇ ਵਾਸਤੇ ਇੱਥੇ ਕੀ ਤਿਆਗ ਗਿਆ। ਮੇਰੇ ਡੈਡੀ ਜੀ ਕੈਂਸਰ ਦੇ ਪੇਸ਼ੈਂਟ ਸੀਗੇ ਜੀ, ਉਹਨਾਂ ਦਾ ਆਪਰੇਟ ਹੋਣਾ ਸੀ, ਉਹਨਾਂ ਦਾ ਆਪਰੇਟ ਹੋ ਰਿਹਾ DMC ਦੇ ਵਿੱਚ, ਮੈਂ ਗਰਾਊਂਡ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਸੀਗਾ। ਫਿਰ ਜਦੋਂ ਉਹ ICU ਵਿੱਚ ਐਡਮਿਟ ਸੀਗੇ, ਉਦੋਂ ਮੈਂ ਲਾਸਟ ਏਸ਼ੀਅਨ ਗੇਮਸ 2018 'ਚ ਵੀ ਮੈਡਲ ਜਿੱਤਿਆ ਸੀ, ਅਤੇ ਉਦੋਂ ਵੀ ਮੈਂ ਕੰਪਟੀਸ਼ਨ ਖੇਡਣ ਗਿਆ ਸੀ ਬਾਹਰ, ਅਤੇ ਜਦੋਂ ਮੈਨੂੰ ਸੀਗਾ ਵੀ ਮੈਂ ਮੈਡਲ ਆਪਣੇ ਪਿਤਾ ਦੇ ਗੱਲ ਪਾਉਂ, ਉਹਨਾਂ ਦੀ ਡੈਥ ਹੋ ਗਈ ਸੀ। ਮਤਲਬ ਵੀ ਬੜਾ ਸੈਕਰੀਫਾਈਸ ਸਾਨੂੰ ਕਰਨਾ ਪੈਂਦਾ, ਵੀ ਇਹ ਐਡਾ ਸੌਖਾ ਨਹੀਂ ਮਿਲਦਾ। ਬਾਕੀ ਗੇਮ ਦੇ ਇੰਜਰੀਆਂ ਬਹੁਤ ਹੁੰਦੀਆਂ, ਇਸ ਵਾਰ ਮੇਰੇ ਇੰਜਰੀ ਸੀਗੀ, ਡਾਕਟਰਾਂ ਨੇ ਮਨਾ ਹੀ ਕਰਤਾ ਸੀ ਵੀ ਤੁਸੀਂ ਖੇਡ ਨਹੀਂ ਸਕਦੇ। ਚਲੋ, ਵਾਹਿਗੁਰੂ ਦਾ ਹੱਥ ਰਿਹਾ ਸਿਰ 'ਤੇ, ਅਤੇ ਮੈਡਲ ਆਇਆ ਜੀ। ਨਹੀਂ, ਇੰਜਰੀ ਕਰਕੇ ਮੈਂ 2 ਮਹੀਨੇ ਪਹਿਲਾਂ ਮੈਨੂੰ ਆਪਣੀ ਥਰੋ ਛੱਡਣੀ ਪਈ, ਜਿਹੜੀ ਕਿ ਸਾਨੂੰ ਹਰ ਸੈਸ਼ਨ ਜ਼ਰੂਰੀ ਹੁੰਦੀ ਹੈ ਜੀ, ਅਤੇ ਉਹ ਚੀਜ਼ ਤੋਂ ਨਿਕਲਿਆ। ਫਿਰ ਉੱਥੇ ਜਾ ਕੇ ਮੇਰੀਆਂ 2 ਥਰੋਆਂ ਫਾਊਲ ਹੋ ਗਈਆਂ ਜੀ, ਅਤੇ ਜੇ ਮੈਂ 3ਰੀ ਥਰੋ ਵੀ ਫਾਊਲ ਕਰ ਜਾਂਦਾ ਤਾਂ ਮੈਂ ਏਸ਼ੀਅਨ ਗੇਮ ਦੇ ਕੰਪਟੀਸ਼ਨ ਤੋਂ ਬਾਹਰ ਹੋ ਜਾਣਾ ਸੀਗਾ ਜੀ। ਮਤਲਬ ਇਹ ਕੰਪਟੀਸ਼ਨ ਮੇਰੇ ਬੜਾ ਪ੍ਰੈਸ਼ਰ ਵਾਲਾ ਸੀਗਾ ਇਸ ਵਾਰੀ। ਉਸ ਤੋਂ ਪਹਿਲਾਂ ਜਨਵਰੀ ਫਰਵਰੀ ਦੇ ਵਿੱਚ ਮੇਰੇ ਵਾਈਫ ਦੀ ਅਬੋਰਸ਼ਨ ਕਰਾਉਣਾ ਪਿਆ, ਬੇਬੀ ਗਲਤ ਜਗ੍ਹਾ ਸੀਗਾ ਜੀ। ਮਤਲਬ ਕਾਫੀ ਟੈਨਸ਼ਨਾਂ ਰਹੀਆਂ, ਫਿਰ ਦਾਦੀ ਐਕਸਪਾਇਰ ਹੋ ਗਈ। ਹਾਂਜੀ ਹਾਂਜੀ, ਫੋਨ ਕਰਾਂ ਦੇ ਵਿੱਚ ਚਾਹੁੰਦੇ ਨੇ ਤੁਹਾਡੇ ਵੀ ਪਰਿਵਾਰਾਂ ਨੂੰ ਪੁੱਛਦੇ ਨੇ ਕਿ ਕਿੱਦਾਂ ਇਹ ਗੋਲਡ ਮੈਡਲ ਜਿੱਤਿਆ, ਕਿੱਦਾਂ ਟ੍ਰੇਨਿੰਗ ਰਹੀ, ਗੱਲਾਂ ਹੁੰਦੀਆਂ ਨੇ, ਅਤੇ ਅੱਗੋਂ ਕੀ ਜਵਾਬ ਆਉਂਦਾ? ਨਹੀਂ, ਉਹਨਾਂ ਨੂੰ ਪਤਾ ਹੀ ਹੁੰਦਾ ਜੀ ਵੀ ਜਿਹੜੇ ਨੇੜੇ ਲਾਗੇ ਤਾਗੇ ਨੇ ਵੀ ਕਿਹੜੇ ਕਿਹੜੀਆਂ ਹਾਲਾਤਾਂ 'ਚ ਬੰਦਾ ਨਿਕਲ ਕੇ ਪਹੁੰਚਦਾ ਜੀ। ਅਤੇ ਬਾਕੀ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰ ਰਿਹਾ ਤੁਹਾਡੇ ਚੈਨਲ ਦੇ ਥਰੂ, ਵੀ ਆਪਾਂ ਬਾਹਰ ਦਾ ਲਾਲਚ ਨਾ ਕਰੀਏ, ਆਪਾਂ ਇੱਥੇ ਬਹੁਤ ਆਪਸ਼ਨਾਂ ਨੇ, ਆਪਾਂ ਗੇਮ ਕਰੀਏ, ਆਪਣੇ ਦੇਸ਼ ਵਾਸਤੇ ਮੈਡਲ ਜਿੱਤੀਏ, ਅਤੇ ਇੱਥੇ ਜੋਬਾਂ ਆਪਾਂ ਲੱਗ ਕੇ ਵਧੀਆ ਸੈਟਲ ਹੋ ਜਾਈਏ। ਕਮੀ ਪੇਸ਼ੀ ਆਉਂਦੀ ਉਹ ਵੀ ਸਾਨੂੰ ਦੱਸੋ ਤੁਸੀਂ, ਉਹੀ ਪੂਰਿਆ ਕਰਾਂਗੇ ਤੁਹਾਨੂੰ, ਕਿਉਂਕਿ ਗਰਾਊਂਡ 'ਚ ਤੁਸੀਂ ਖੇਡਦੇ ਹੋ, ਸਭ ਕੋਚਿਸ ਮਿਲਦੇ ਨੇ, ਕਿ ਲੱਗਦਾ ਕਿ ਅਜੇ ਕਿਤੇ ਕਿਤੇ ਲੋੜ ਹੈਗੀ ਇਹ ਕੰਮ ਕਰਨ ਦੀ? ਕਿਵੇਂ ਕਿਹੜੀ ਕਿਹੜੀ ਥਾਵਾਂ 'ਤੇ ਲੋੜ ਹੈਗੀ ਕੰਮ ਕਰਨ ਦੀ ਜਿੱਥੇ ਤੁਹਾਨੂੰ ਫਾਇਦਾ ਹੋ ਸਕੇ ਸਪੋਰਟਸਮੈਨ? ਨਹੀਂ, ਜਿੱਦਾਂ ਹੁਣ ਨਵੀਂ ਖੇਡ ਪੋਲਿਸੀ ਆਈ ਹੈ ਜੀ, ਜਿਵੇਂ ਉਹਦੇ ਵਿੱਚ ਇਹਨਾਂ ਨੇ ਜੂਨੀਅਰ ਬੱਚਿਆਂ ਦੀ ਨਰਸਰੀ ਤਿਆਰ ਕਰਨ ਦੀ ਗੱਲ ਕੀਤੀ ਆ, ਉਹ ਤੁਸੀਂ ਦੇਖੋ ਵੀ ਜਿਵੇਂ ਅਸੀਂ ਨਿਕਲ ਜਾਂਗੇ, ਅਸੀਂ ਵੱਧ ਤੋਂ ਵੱਧ 2-3 ਸਾਲ ਗੇਮ ਹੋਰ ਕਰਾਂਗੇ, ਉਹ ਪਿੱਛੇ ਨੂੰ ਉਦੋਂ ਨੂੰ ਬੱਚੇ ਰੈਡੀ ਹੋਣਗੇ। ਇਹ ਮੈਨੂੰ ਇੱਕ ਬਹੁਤ ਵਧੀਆ ਚੀਜ਼ ਲੱਗੀ ਵੀ ਕਿਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਅਸੀਂ ਬਣਾਵਾਂਗੇ, ਹੈ ਨਾ। ਇਹ ਬਹੁਤ ਵਧੀਆ ਚੀਜ਼ ਆਈ। ਸਰਕਾਰ ਨੇ ਪਲਾਨ ਕੀਤਾ ਕਿ 26 ਜਨਵਰੀ ਨੂੰ ਜਿਹੜਾ ਜਿੱਥੇ ਗੇਮਸ ਖੇਡੀਆਂ ਜਾਂਦੀਆਂ ਉੱਥੇ ਨਹੀਂ ਹੋਵੇਗੀ ਪਰੇਡ, ਇਹਦੇ ਨਾਲ ਕੀ ਲੱਗਦਾ ਕੀ ਫਾਇਦਾ ਹੋਏ? ਇਹਦੇ ਨਾਲ ਤਾਂ ਦੇਖੋ, ਗਰਾਊਂਡ ਤਾਂ ਖਰਾਬ ਹੁੰਦੇ ਹੀ ਨੇ ਸਿੰਥੈਟਿਕ ਵਾਲੇ, ਉਹਦੇ ਨਾਲ ਬੱਚਿਆਂ ਦੀ ਟ੍ਰੇਨਿੰਗ ਬਹੁਤ ਖਰਾਬ ਹੁੰਦੀ ਹੈ ਜੀ। ਜਿੱਦਾਂ ਤੁਸੀਂ 26 ਜਨਵਰੀ ਦਾ ਵੱਧ ਤੋਂ ਵੱਧ 1 ਜਾਂ 2 ਘੰਟੇ ਦਾ ਫੰਕਸ਼ਨ ਹੁੰਦਾ ਜੀ, ਅਤੇ ਉਦੋਂ ਪਹਿਲਾਂ ਰਿਹਰਸਲ 15-20 ਦਿਨ ਪਹਿਲਾਂ ਚੱਲਣ ਲੱਗ ਜਾਂਦੀ, ਉਹਦੇ ਕਰਕੇ ਗਰਾਊਂਡ ਵੀ ਬੰਦ ਹੁੰਦੇ ਨੇ, ਅਤੇ ਟ੍ਰੇਨਿੰਗ 'ਤੇ ਬਹੁਤ ਇਫੈਕਟ ਪੈਂਦਾ ਬੱਚਿਆਂ ਦੀ। ਹਾਂਜੀ, ਥੈਂਕ ਯੂ ਸਰ। ਕੈਮਰਾਮੈਨ ਰਜਿੰਦਰ ਨਾਲ, ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਣੀ।